ਦਿੱਗੇ ਜੇ ਸਾਬਕਾ ਕ੍ਰਿਕਟਰਜ਼ ਹਰਪਜਨ ਸਿੰਘ ਯੁਵਰਾਜ ਸਿੰਘ ਤੇ ਸੁਰੇਸ਼ ਰਾਣਾ ਦੀਆਂ ਮੁਸ਼ਕਲਾਂ ਹੋਰ ਬਾਤ ਕਹੀਆਂ ਨੇ ਤਿੰਨਾਂ ਦੀ ਬਣਾਈ ਤੌਬਾ ਤੌਬਾ ਰੀਲ ਨੇ ਮਾਹੌਲ ਹੋਰ ਪਖਾ ਦਿੱਤਾ ਹੈ ਹੁਣ ਤਿੰਨਾਂ ਖਿਲਾਫ ਦਿੱਲੀ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਗਈ ਹੈ ਤੇ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਨੈਸ਼ਨਲ ਸੈਂਟਰ ਫਾਰ ਡਿਸੇਬਲ ਦੇ ਪ੍ਰਧਾਨ ਅਰਮਾਨ ਅਲੀ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ ਤੇ ਕਿਹਾ ਹੈ ਕਿ ਇਹਨਾਂ ਸਾਬਕਾ ਕ੍ਰਿਕਟਰਾਂ ਵੱਲੋਂ ਉਹਨਾਂ ਲੋਕਾਂ ਦਾ ਮਜ਼ਾਕ ਉਡਾਇਆ ਗਿਆ ਹੈ ਜੋ ਸਰੀਰਕ ਪੱਖੋਂ ਅਸਮਰੱਥ ਨੇ ਦੱਸਦੀ ਹੈ ਕਿ ਇਸ ਵੀਡੀਓ ਚ ਹਰਭਜਨ ਯੁਵਰਾਜਤ ਸੁਰੇਸ਼ ਰਾਣਾ ਲੰਗੜਾਉਂਦੇ ਹੋਏ ਤੁਰਦੇ ਨਜ਼ਰ ਆਏ ਸਨ ਅਤੇ ਇਹ ਕਹਿ ਰਹੇ ਸਨ ਕਿ 15 ਦਿਨ ਲਗਾਤਾਰ ਕ੍ਰਿਕਟ ਖੇਡ ਕੇ ਉਹਨਾਂ ਦੇ ਸਰੀਰ ਦੀ ਬੱਸ ਹੋ ਗਈ ਹੈ ਉਹ ਥੱਕ ਗਏ ਨੇ ਕਰਨ ਔਜਲਾ ਦੇ ਤੋਬਾ ਤੋਬਾ ਗਾਣੇ ਤੇ ਇਹ ਵੀਡੀਓ ਬਣਾ ਕੇ ਹਰਭਜਨ ਸਿੰਘ ਦੇ ਵੱਲੋਂ ਪੋਸਟ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਤਿੰਨੋਂ ਦਿੱਗਜ ਕ੍ਰਿਕਟਰ ਵਿਵਾਦਾਂ ਦੇ ਵਿੱਚ ਆ ਗਏ ਨੇ ਹਾਲੇ ਕਿ ਹਰਪਜਨ ਸਿੰਘ ਦੇ ਵੱਲੋਂ ਇਸ ਵੀਡੀਓ ਲਈ ਮਾਫੀ ਵੀ ਮੰਗੀ ਗਈ ਹੈ ਤੇ ਸਪਸ਼ਟੀਕਰਨ ਵੀ ਦਿੱਤਾ ਗਿਆ ਸੀ ਜਿਸ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹਦੇ ਬਲਕਿ ਉਹ ਇਹ ਦੱਸਣਾ ਚਾਹ ਰਹੇ ਸਨ ਕਿ 15 ਦਿਨ ਲਗਾਤਾਰ ਕ੍ਰਿਕਟ ਖੇਡਣ ਤੋਂ ਬਾਅਦ ਖਿਡਾਰੀਆਂ ਦੀ ਕੀ ਹਾਲਤ ਹੋ ਰਹੀ ਹੈ ਇਹ ਸਭ ਤੋਂ ਬਾਅਦ ਵੀ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦੱਸ ਦੇ ਕਿ ਪਿਛਲੇ ਦਿਨ ਹੀ ਇੰਗਲੈਂਡ 'ਚ ਲੀਜੈਂਡ ਕ੍ਰਿਕਟ ਚੈਂਪੀਅਨ 2024 ਟੂਰਨਾਮੈਂਟ ਖੇਡੇ ਗਿਆ ਸੀ ਜਿਸ ਦਾ ਖਿਤਾਬ ਟੀਮ ਇੰਡੀਆ ਚੈਂਪੀਅਨ ਨੇ ਜਿੱਤਿਆ ਟੀਮ ਇੰਡੀਆ ਚੈਂਪੀਅਨ ਦੀ ਕਮਾਨ ਯੁਵਰਾਜ ਸਿੰਘ ਦੇ ਹੱਥਾਂ 'ਚ ਸੀ ਅਤੇ ਟੀਮ ਨੇ ਫਾਈਨਲ 'ਚ ਪਾਕਿਸਤਾਨ ਨੂੰ ਹਰਾ ਕੇ ਇਹ ਖਿਤਾਬ ਆਪਣੇ ਨਾਮ ਕਰ ਲਿਆ ਸੀ ਟੂਰਨਾਮੈਂਟ ਜਿੱਤਣ ਤੋਂ ਬਾਅਦ ਯੁਵਰਾਜ ਹਰਪਜਨ ਤੇ ਸੁਰੇਸ਼ ਰਾਣਾ ਨੇ ਇੱਕ ਵੀਡੀਓ ਇੰਸਟਾਗ੍ਰam ਤੇ ਪੋਸਟ ਕੀਤੀ ਸੀ ਜਿਸ ਵੀਡੀਓ ਦੇ ਵਿੱਚ ਇਹ ਤਿੰਨੋਂ ਹੀ ਲੰਗੜਾਉਂਦੇ ਹੋਏ ਨਜ਼ਰ ਆਏ ਨੇ ਇਸੇ ਵੀਡੀਓ ਨੂੰ ਲੈ ਕੇ ਹੀ ਇਹ ਵਿਵਾਦ ਸ਼ੁਰੂ ਹੋਇਆ ਜਿਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਹ ਤਿੰਨੋਂ ਹੀ ਮਜ਼ਾਕ ਉਡਾਰੇ ਨੇ ਉਹਨਾਂ ਲੋਕਾਂ ਦਾ ਜੋ ਸਰੀਰਕ ਪੱਖੋਂ ਕਿਤੇ ਨਾ ਕਿਤੇ ਅਸਮਰੱਥ ਨੇ ਇਸੇ ਲਈ ਹੀ ਹਰਪਜਨ ਸਿੰਘ ਦੇ ਵੱਲੋਂ ਵਿਵਾਦਾਂ ਤੋਂ ਬਾਅਦ ਮਾਫੀ ਮੰਗੀ ਗਈ ਸੁਰੇਸ਼ ਰਾਣਾ ਦੇ ਵੱਲੋਂ ਵੀ ਹਰਪ੍ਰਜਨ ਸਿੰਘ ਦੀ ਮਾਫੀ ਵਾਲੀ ਵੀਡੀਓ ਨੂੰ ਸਾਂਝਾ ਕੀਤਾ ਗਿਆ ਫਿਲਹਾਲ ਇਹ ਮਾਮਲਾ ਹਲੇ ਵੀ ਠੰਡਾ ਨਹੀਂ ਹੋਇਆ ਕਿਉਂਕਿ ਇੱਥੇ ਅਰਮਾਨ ਅਲੀ ਦੇ ਵੱਲੋਂ ਇਹਨਾਂ ਤਿੰਨਾਂ ਦੇ ਖਿਲਾਫ ਦਿੱਲੀ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਨਾਲ ਹੀ ਐਫ ਆਈ ਆਰ ਦਰਜ ਕਰਨ ਦੀ ਮੰਗ ਕਰਕੇ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਏਗਾ ਕਿ ਆਖਿਰ ਦਿੱਲੀ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਜਾਂ ਨਹੀਂ ਇਕਜ ਸਾਬਕਾ ਕ੍ਰਿਕਟਰਜ਼ ਹਰਪਜਨ ਸਿੰਘ ਯੁਵਰਾਜ ਸਿੰਘ ਤੇ ਸੁਰੇਸ਼ ਰਾਣਾ ਦੀਆਂ ਮੁਸ਼ਕਲਾਂ ਹੋਰ ਬਾਤ ਕਹੀਆਂ ਨੇ ਤਿੰਨਾਂ ਦੀ ਬਣਾਈ ਤੌਬਾ ਤੌਬਾ ਰੀਲ ਨੇ ਮਹਾਲ ਹੋਰ ਪਖਾ ਦਿੱਤਾ ਹੈ ਹੁਣ ਤਿੰਨਾਂ ਖਿਲਾਫ ਦਿੱਲੀ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਗਈ ਹੈ ਤੇ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਨੈਸ਼ਨਲ ਸੈਂਟਰ ਫਾਰ ਡਿਸੇਬਲ ਦੇ ਪ੍ਰਧਾਨ ਅਰਮਾਨ ਅਲੀ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ ਤੇ ਕਿਹਾ ਹੈ ਕਿ ਇਹਨਾਂ ਸਾਬਕਾ ਕ੍ਰਿਕਟਰਾਂ ਵੱਲੋਂ ਉਹਨਾਂ ਲੋਕਾਂ ਦਾ ਮਜ਼ਾਕ ਉਡਾਇਆ ਗਿਆ ਹੈ ਜੋ ਸਰੀਰਕ ਪੱਖੋਂ ਅਸਮਰੱਥ ਨੇ ਦੱਸ ਦिए ਕਿ ਇਸ ਵੀਡੀਓ ਚ ਹਰਭਜਨ ਯੁਵਰਾਜਤ ਸੁਰੇਸ਼ ਰਾਣਾ ਲੰਗੜਾਉਂਦੇ ਹੋਏ ਤੁਰਦੇ ਨਜ਼ਰ ਆਏ ਸਨ ਅਤੇ ਇਹ ਕਹਿ ਰਹੇ ਸਨ ਕਿ 15 ਦਿਨ ਲਗਾਤਾਰ ਕ੍ਰਿਕਟ ਖੇਡ ਕੇ ਉਹਨਾਂ ਦੇ ਸਰੀਰ ਦੀ ਬੱਸ ਹੋ ਗਈ ਹੈ ਉਹ ਥੱਕ ਗਏ ਨੇ ਕਰਨ ਔਜਲਾ ਦੇ ਤੋਬਾ ਤੋਬਾ ਗਾਣੇ ਤੇ ਇਹ ਵੀਡੀਓ ਬਣਾ ਕੇ ਹਰਭਜਨ ਸਿੰਘ ਦੇ ਵੱਲੋਂ ਪੋਸਟ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਤਿੰਨੋਂ ਦਿੱਗਜ ਕ੍ਰਿਕਟਰ ਵਿਵਾਦਾਂ ਦੇ ਵਿੱਚ ਆ ਗਏ ਨੇ ਹਾਲਾਂਕਿ ਹਰਪਜਨ ਸਿੰਘ ਦੇ ਵੱਲੋਂ ਇਸ ਵੀਡੀਓ ਲਈ ਮਾਫੀ ਵੀ ਮੰਗੀ ਗਈ ਹੈ ਤੇ ਸਪਸ਼ਟੀਕਰਨ ਵੀ ਦਿੱਤਾ ਗਿਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹਦੇ ਬਲਕਿ ਉਹ ਇਹ ਦੱਸਣਾ ਚਾਹ ਰਹੇ ਸਨ ਕਿ 15 ਦਿਨ ਲਗਾਤਾਰ ক্রিকেট ਖੇਡਣ ਤੋਂ ਬਾਅਦ ਖਿਡਾਰੀਆਂ ਦੀ ਕੀ ਹਾਲਤ ਹੋ ਰਹੀ ਹੈ ਇਹ ਸਭ ਤੋਂ ਬਾਅਦ ਵੀ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦੱਸ ਦੇ ਕਿ ਪਿਛਲੇ ਦਿਨੇ ਇੰਗਲੈਂਡ 'ਚ ਲੀਜੈਂਡ ਕ੍ਰਿਕਟ ਚੈਂਪੀਅਨ 2024 ਟੂਰਨਾਮੈਂਟ ਖੇਡੇ ਗਿਆ ਸੀ ਜਿਸ ਦਾ ਖਿਤਾਬ ਟੀਮ ਇੰਡੀਆ ਚੈਂਪੀਅਨ ਨਿਚਿਤਿਆ ਟੀਮ ਇੰਡੀਆ ਚੈਂਪੀਅਨ ਦੀ ਕਮਾਨ ਯੁਵਰਾਜ ਸਿੰਘ ਦੇ ਹੱਥਾਂ 'ਚ ਸੀ ਅਤੇ ਟੀਮ ਨੇ ਫਾਈਨਲ 'ਚ ਪਾਕਿਸਤਾਨ ਨੂੰ ਹਰਾ ਕੇ ਇਹ ਖਿਤਾਬ ਆਪਣੇ ਨਾਮ ਕਰ ਲਿਆ ਸੀ ਟੂਰਨਾਮੈਂਟ ਜਿੱਤਣ ਤੋਂ ਬਾਅਦ युवराज हरपजन ਤੇ सुरेश ਰਾਣਾ ਨੇ ਇੱਕ ਵੀਡੀਓ ਇੰਸਟਾਗ੍ਰam ਤੇ ਪੋਸਟ ਕੀਤੀ ਸੀ ਜਿਸ ਵੀਡੀਓ ਦੇ ਵਿੱਚ ਇਹ ਤਿੰਨੋਂ ਹੀ ਲੰਗੜਾਉਂਦੇ ਹੋਏ ਨਜ਼ਰ ਆਏ ਨੇ ਇਸੇ ਵੀਡੀਓ ਨੂੰ ਲੈ ਕੇ ਹੀ ਇਹ ਵਿਵਾਦ ਸ਼ੁਰੂ ਹੋਇਆ ਜਿਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਹ ਤਿੰਨੋਂ ਹੀ ਮਜ਼ਾਕ ਉਡਾਰੇ ਨੇ ਉਹਨਾਂ ਲੋਕਾਂ ਦਾ ਜੋ ਸਰੀਰਕ ਪੱਖੋਂ ਕਿਤੇ ਨਾ ਕਿਤੇ ਅਸਮਰੱਥ ਨੇ ਇਸੇ ਲਈ ਹੀ ਹਰਪਜਨ ਸਿੰਘ ਦੇ ਵੱਲੋਂ ਵਿਵਾਦਾਂ ਤੋਂ ਬਾਅਦ ਮਾਫੀ ਮੰਗੀ ਗਈ सुरेश ਰਾਣਾ ਦੇ ਵੱਲੋਂ ਵੀ ਹਰਪਜਨ ਸਿੰਘ ਦੀ ਮਾਫੀ ਵਲੀ ਵੀਡੀਓ ਨੂੰ ਸਾਂਝਾ ਕੀਤਾ ਗਿਆ ਫਿਲਹਾਲ ਇਹ ਮਾਮਲਾ ਹਲੇ ਵੀ ਠੰਡਾ ਨਹੀਂ ਹੋਇਆ ਕਿਉਂਕਿ ਇੱਥੇ ਹਰਮਾਨ ਅਲੀ ਦੇ ਵੱਲੋਂ ਇਹਨਾਂ ਤਿੰਨਾਂ ਦੇ ਖਿਲਾਫ ਦਿੱਲੀ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਨਾਲ ਹੀ ਐਫ ਆਈ ਆਰ ਦਰਜ ਕਰਨ ਦੀ ਮੰਗ ਕਰਕੇ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਏਗਾ ਕਿ ਆਖਿਰ ਦਿੱਲੀ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਜਾਂ ਨਹੀਂ ਦਿਗਜ ਸਾਬਕਾ ਕ੍ਰਿਕਟਰ ਹਰਪਜਨ ਸਿੰਘ ਯੁਵਰਾਜ ਸਿੰਘ ਤੇ ਸੁਰੇਸ਼ ਰਾਣਾ ਦੀਆਂ ਮੁਸ਼ਕਲਾਂ ਹੋਰ ਬਾਤ ਕਹੀਆਂ ਨੇ ਤਿੰਨਾਂ ਦੀ ਬਣਾਈ ਤੋਬਾ ਤੋਬਾ ਰੀਲ ਨੇ ਮਹਾਲ ਹੂਰ ਪਖਾ ਦਿੱਤਾ ਹੈ ਹੁਣ ਤਿੰਨਾਂ ਖਿਲਾਫ ਦਿੱਲੀ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਗਈ ਹੈ ਤੇ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਨੈਸ਼ਨਲ ਸੈਂਟਰ ਫਾਰ ਡਿਸੇਬਲ ਦੇ ਪ੍ਰਧਾਨ ਅਰਮਾਨ ਅਲੀ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ ਤੇ ਕਿਹਾ ਹੈ ਕਿ ਇਹਨਾਂ ਸਾਬਕਾ ਕ੍ਰਿਕਟਰਾਂ ਵੱਲੋਂ ਉਹਨਾਂ ਲੋਕਾਂ ਦਾ ਮਜ਼ਾਕ ਉਡਾਇਆ ਗਿਆ ਹੈ ਜੋ ਸਰੀਰਕ ਪੱਖੋਂ ਅਸਮਰੱਥ ਨੇ ਦੱਸ ਦिए ਕਿ ਇਸ ਵੀਡੀਓ ਚ ਹਰਪ੍ਰਜਨ ਯੂਵਰਾਜ ਸੁਰੇਸ਼ ਰਾਣਾ ਲੰਗੜਾਉਂਦੇ ਹੋਏ ਤੁਰਦੇ ਨਜ਼ਰ ਆਏ ਸਨ ਅਤੇ ਇਹ ਕਹਿ ਰਹੇ ਸਨ ਕਿ 15 ਦਿਨ ਲਗਾਤਾਰ ਕ੍ਰਿਕਟ ਖੇਡ ਕੇ ਉਹਨਾਂ ਦੇ ਸਰੀਰ ਦੀ ਬੱਸ ਹੋ ਗਈ ਹੈ ਉਹ ਥੱਕ ਗਏ ਨੇ ਕਿਰਨ ਅਜਲਾ ਦੇ ਤਮ ਤਮ ਗਾਣੇ ਤੇ ਇਹ ਵੀਡੀਓ ਬਣਾ ਕੇ ਹਰਪਜਨ ਸਿੰਘ ਦੇ ਵੱਲੋਂ ਪੋਸਟ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਤਿੰਨੋਂ ਦਿੱਗਜ ਕ੍ਰਿਕਟਰ ਵਿਵਾਦਾਂ ਦੇ ਵਿੱਚ ਆ ਗਏ ਨੇ ਹਾਲਾਂਕਿ ਹਰਪਜਨ ਸਿੰਘ ਦੇ ਵੱਲੋਂ ਇਸ ਵੀਡੀਓ ਲਈ ਮਾਫੀ ਵੀ ਮੰਗੀ ਗਈ ਹੈ ਤੇ ਸਪਸ਼ਟਿਕਰਨ ਵੀ ਦਿੱਤਾ ਗਿਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹਦੇ ਬਲਕਿ ਉਹ ਇਹ ਦੱਸਣਾ ਚਾਹ ਰਹੇ ਸਨ ਕਿ 15 ਦਿਨ ਲਗਾਤਾਰ ਕ੍ਰਿਕਟ ਖੇਡਣ ਤੋਂ ਬਾਅਦ ਖਿਡਾਰੀਆਂ ਦੀ ਕੀ ਹਾਲਤ ਹੋ ਰਹੀ ਹੈ ਇਸ ਸਬਤੋ ਬਾਅਦ ਵੀ ਉਹਨਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਦੱਸਿਆ ਕਿ ਪਿਛਲੇ ਦਿਨੇ ਇੰਗਲੈਂਡ 'ਚ ਲੀਜੈਂਡ ਕ੍ਰਿਕਟ ਚੈਂਪੀਅਨ 2024 ਟੂਰਨਾਮੈਂਟ ਖੇਡੇ ਗਿਆ ਸੀ ਜਿਸ ਦਾ ਖਿਤਾਬ ਟੀਮ ਇੰਡੀਆ ਚੈਂਪੀਅਨ ਨੇ ਜਿੱਤਿਆ ਟੀਮ ਇੰਡੀਆ ਚੈਂਪੀਅਨ ਦੀ ਕਮਾਨ ਯੁਵਰਾਜ ਸਿੰਘ ਦੇ ਹੱਥਾਂ 'ਚ ਸੀ ਅਤੇ ਟੀਮ ਨੇ ਫਾਈਨਲ 'ਚ ਪਾਕਿਸਤਾਨ ਨੂੰ ਹਰਾ ਕੇ ਇੱਕ ਖਿਤਾਬ ਆਪਣੇ ਨਾਮ ਕਰ ਲਿਆ ਸੀ ਟੂਰਨਾਮੈਂਟ ਜਿੱਤਣ ਤੋਂ ਬਾਅਦ ਯੁਵਰਾਜ ਹਰਪਜਨ ਤੇ ਸੁਰੇਸ਼ ਰਾਣਾ ਨੇ ਇੱਕ ਵੀਡੀਓ ਇੰਸਟਾਗ੍ਰam ਤੇ ਪੋਸਟ ਕੀਤੀ ਸੀ ਜਿਸ ਵੀਡੀਓ ਦੇ ਵਿੱਚ ਇਹ ਤਿੰਨੋਂ ਹੀ ਲੰਗੜਾਉਂਦੇ ਹੋਏ ਨਜ਼ਰ ਆਏ ਨੇ ਇਸੇ ਵੀਡੀਓ ਨੂੰ ਲੈ ਕੇ ਹੀ ਇਹ ਵਿਵਾਦ ਸ਼ੁਰੂ ਹੋਇਆ ਜਿਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਇਹ ਤਿੰਨੋਂ ਹੀ ਮਜ਼ਾਕ ਉਡਾਰੇ ਨੇ ਉਹਨਾਂ ਲੋਕਾਂ ਦਾ ਜੋ ਸਰੀਰਕ ਪੱਖੋਂ ਕਿਤੇ ਨਾ ਕਿਤੇ ਅਸਮਰੱਥ ਨੇ ਇਸੇ ਲਈ ਹੀ ਹਰਪਜਨ ਸਿੰਘ ਦੇ ਵੱਲੋਂ ਵਿਵਾਦਾਂ ਤੋਂ ਬਾਅਦ ਮਾਫੀ ਮੰਗੀ ਗਈ ਸੁਰੇਸ਼ ਰਾਣਾ ਦੇ ਵੱਲੋਂ ਵੀ ਹਰਪਜਨ ਸਿੰਘ ਦੀ ਮਾਫੀ ਵਾਲੀ ਵੀਡੀਓ ਨੂੰ ਸਾਂਝਾ ਕੀਤਾ ਗਿਆ ਫਿਲਹਾਲ ਇਹ ਮਾਮਲਾ ਹਲੇ ਵੀ ਠੰਡਾ ਨਹੀਂ ਹੋਇਆ ਕਿਉਂਕਿ ਇੱਥੇ ਅਰਮਾਨ ਅਲੀ ਦੇ ਵੱਲੋਂ ਇਹਨਾਂ ਤਿੰਨਾਂ ਦੇ ਖਿਲਾਫ ਦਿੱਲੀ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਨਾਲ ਹੀ ਐਫ ਆਈ ਆਰ ਦਰਜ ਕਰਨ ਦੀ ਮੰਗ ਕਰਕੇ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਹੁਣ ਦੇਖਣਾ ਇਹ ਹੋਏਗਾ ਕਿ ਆਖਿਰ ਦਿੱਲੀ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਜਾਂ ਨਹੀਂ